जी ये है जनाब बासित और आसम साहब की फैक्ट्री एंड मिल कॉटन मिल कॉटन फैक्ट्री। ये अबू खड़े हैं सामने। ये केड़ी मशीन लगी हुई है जी? ये प्रेस मशीन। ये प्रेस मशीन है जी। इस तरह समान पे होया। इस समान का नजरा नजदीक ही दिखाने। वो जा रहे ने ताया जी ते आसम। ये ते आ गए रिकॉर्डिंग बारात बाएगा तो स्टैंड बाई पे आ जाएगा। सही मिक्सिंग माल दी करके ना। अच्छा फिर उपर छू कमजोर भी कर दी माल मिक्स भी कर दी है माल तोड़ दी पांदी और मिक्सिंग कर दी है चीज थोड़े जा बना दी है। अच्छा फिर इतो चक के ऐसे लग रख दें ऐसी मशीन ठीक है उ सिलाई साठ हाथ पावर की मोटर लगी है ओ दे उते। 100 HP की जी। अच्छा वाह सलाम जी इथे ही हले। हां जी करो कौन चाचा जी प्रभु भाई जी सलाम वालेकुम जी ठीक है रब जे खैर करिए ता हां मंदिर रब जे ठीक आ ते असी हुण हैगे आ इस वेले फैक्टरी ते इथों जाके असी फिर खाना ते खाना खा के फिर उधर तुहाडे वाल आउणे आ ते उथे फिर कोई गल बात करके फिर असी इथों ही लाहौर चले जाणा। हां ओ कह रहे सी के खाना दे के ना फुफ्फो नूं भी कह दो के इधर आके खाण बह के उहनां कोल हैगी आ मुलाजमा फिर अजे उन्होंने 8-10 दिन रहना फिर तुम करो गांव को बनाना होगा बना लो आओ ठीक है मैं क्या उन्होंने देखना लाल लाऊंगा उन्होंने चीज एक्सेप्ट करनी मंदिर माल उठो इथे आ जांदा ना। अच्छा एक मिनट उठो फिर माल इधर आ गया इथे आ गया बरीक हो गई फिर एक बंदा इथे खड़ा हो जांदा ठीक है फिर इथे माल इन लाउंदा है फिर अगे आओ। अच्छा सॉरी राही तू वीडियो बनाई जा रहे हां जी बनाई है ठीक है बिलकुल अच्छा फिर अगे इधर आ जाओ फिर एस मशीन च आ गया ठीक बस ए हूं माल खत्म होया ही है लगे दोबारा शुरू कर समझ गया शुरू। अच्छा ए बाद एस मशीन च आ गया हां जी फिर इथो बाहर निकल बाहर ठीक है एस जगह तो इथो फिर एस मशीन चो ए बाहर निकलिया इस तरह आ जाता बन जाता नहीं नहीं ये तो वैसे ही है ना कचरा वगैरह गटर वगैरह अच्छा, 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 हाँ जी
ਤੇ ਇਸ ਜਗ੍ਹਾ ਤੇ ਜਿਸ ਵੇਲੇ ਆਉਂਦਾ ਨਾ ਮਾਲ ਉਹਦੀ ਸ਼ਕਲ ਰੂਹ ਵਰਗੀ ਬਣ ਜਾਂਦੀ ਅੱਛਾ ਰੂਹੀ ਬਣ ਜਾਂਦੀ ਹੈ ਰੂਹੀ ਬਣ ਜਾਂਦੀ ਸ਼ਕਲ ਰੂਹੀ ਆਪਣਾ ਬਣ ਜਾਂਦੀ ਲੇਕਿਨ ਉਹਦੇ ਵਿੱਚ ਹਲਕੀ ਜਿਹੀ ਟਾਕੀ ਧਾਗਾ ਅੱਛਾ ਜਾਂ ਫੁਟਕੜੀ ਉਹਦੇ ਵਿੱਚ ਮੌਜੂਦ ਹੁੰਦੀ ਹੈ ਠੀਕ ਆ ਫਿਰ ਇੱਥੇ ਜਿਹੜਾ ਬੰਦਾ ਖੜਾ ਹੁੰਦਾ ਇੱਥੋਂ ਚੱਕ ਕੇ ਉਹ ਇਸ ਚ ਲਾ ਦਿੰਦਾ ਇਸ ਮਸ਼ੀਨ ਚ ਰੱਖਦਾ ਹਾਂ ਫਿਰ ਇੱਧਰ ਆ ਜਾਓ ਚੰਗਾ ਕੀਤਾ ਹੁਣ ਬਾਸਤ ਨੂੰ ਸਮਝਾ ਦਿੱਤਾ ਕਿਉਂਕਿ ਮੰਦਰ ਦਾ ਹੋਣਾ ਮੁਸ਼ਕਲ ਸੀ ਅੱਛਾ ਫੇਰ ਆਇਆ ਸਮਝੋ ਫੇਰ ਜਿਹੜੇ ਬੰਦੇ ਨੇ ਚੱਕ ਕੇ ਇਹਦੇ ਚ ਲਾਤਾ ਪਤਲਾ ਜਿਹੜਾ ਰੂ ਹੈ ਉਹ ਇਹ ਚ ਆ ਗਿਆ ਹਾਂਜੀ ਇਹਦੇ ਵਿੱਚ ਹੋ ਗਿਆ ਉੱਥੋਂ ਜਾ ਕੇ ਨਿਕਲਦਾ ਮਾਲ ਠੀਕ ਹੈ ਉਹ ਫਿਰ ਇੱਥੋਂ ਨਿਕਲਿਆ ਹਾਂਜੀ ਇੱਥੋਂ ਫਾਈਨਲ ਹੋ ਗਿਆ ਇੱਥੇ ਫਿਰ ਉਹ ਰੂਈ ਦੀ ਮੁਕੰਮਲ ਰੂਈ ਬਣ ਜਾਂਦੀ ਹੈ ਹਾਂ ਫਿਰ ਇੱਥੇ ਇੱਕ ਬੰਦਾ ਇੱਥੇ ਖੜਾ ਹੁੰਦਾ ਅੱਛਾ ਉਹਨੇ ਉਹ ਰੂਈ ਚੱਕ ਕੇ ਤੇ ਇਹਦੇ ਵਿੱਚ ਪਾ ਦੇਣੀ ਇਹਦੇ ਵਿੱਚ ਹਾਂ ਅੱਗੇ ਆਉਂ ਹੁੰਦਾ ਅੱਛਾ ਇਸ ਡੱਬੇ ਚ ਪਾ ਦੇਣੀ ਠੀਕ ਆ ਇਹ ਪੰਪ ਲੱਗਾ ਰੂਈ ਦਾ ਅੱਛਾ ਖਿੱਚਦਾ ਇਹਨੂੰ ਹਾਂ ਖਿੱਚ ਕੇ ਇਹਦੇ ਵਿੱਚੋਂ ਦੀ ਇਹ ਮਗਨਾਤੀਸ ਲੱਗਾ ਇਸ ਕੋਈ ਹੋਵੇ ਕੋਈ ਲੋਹੇ ਸ਼ੋ ਦੀ ਚੀਜ਼ ਵਿੱਚੋਂ ਉਹ ਕੱਢ ਲੈਂਦਾ ਫੜ ਲੈਂਦਾ ਫੜ ਲੈਂਦਾ ਫਿਰ ਇਹਦੇ ਵਿੱਚੋਂ ਦੀ ਹੋ ਕੇ ਤੇ ਇਹ ਪੈਰ ਥਾਣੀ ਅੱਛਾ ਜਾ ਕੇ ਤੇ ਕੁਛ ਮਾਲ ਇਸ ਮਸ਼ੀਨ ਚ ਚਲਾ ਜਾਂਦਾ ਅੱਛਾ ਤੇ ਕੁਛ ਫਿਰ ਮਾਲ ਇਸ ਮਸ਼ੀਨ ਚ ਚਲਾ ਜਾਂਦਾ ਠੀਕ ਆ ਇਹ ਦੋਨਾਂ ਮਸ਼ੀਨਾਂ ਦਾ ਇੱਕੋ ਫੰਕਸ਼ਨ ਆ ਇੱਕੋ ਫੰਕਸ਼ਨ ਅੱਛਾ ਕਿਉਂਕਿ ਮਾਲ ਜ਼ਿਆਦਾ ਹੁੰਦਾ ਇਹ ਤੇ ਇਹਨਾਂ ਮਸ਼ੀਨਾਂ ਦਾ ਮਾਲ ਇਹਨਾਂ ਦੋ ਚ ਜਾਏਗਾ ਤਾਂ ਪੂਰਾ ਹੋਏਗਾ ਪਿਛਲੀ ਮਸ਼ੀਨ ਅੱਛਾ ਅੱਛਾ ਉਹ ਜਲਦੀ ਹਾਂਜੀ ਨਹੀਂ ਤੇ ਫਿਰ ਇੱਕ ਪਿੱਛੇ ਮਾਲ ਬਚ ਜਾਏਗਾ ਅਗਰ ਇੱਕ ਚੱਲੇ ਤਾਂ ਟਾਈਮ ਲੱਗੇ ਹਾਂ ਤੇ ਬਾਕੀ ਜਿਹੜਾ ਫਾਲਤੂ ਚਾਈਨਾ ਦੀਆਂ ਮਸ਼ੀਨਾਂ ਹਾਂ ਇਹ ਚਾਈਨਾ ਦੀ ਹਾਂ ਫਿਰ ਜਿਹੜਾ ਇਹਦਾ ਤੂੰ ਫਾਲਤੂ ਮਾਲ ਫਾਲਤੂ ਬਚ ਜਾਏ ਹਾਂ ਇਹ ਜਿਹੜੇ ਰੂਲੇ ਆ ਉਹਨੂੰ ਫਿਰ ਚੰਗੀ ਤਰ੍ਹਾਂ ਛਾਂਟ ਕਾਂਟ ਛਾਂਟ ਜਿਹੜਾ ਸ਼ਾਰਟ ਫਾਦਰ ਹੁੰਦਾ ਹਾਂ ਜਾਂ ਉਹਦੇ ਚ ਮਿੱਟੀ ਕਚਰਾ ਕਚਰਾ ਇਹ ਮੋਟਰ ਲੱਗੀ ਇਹ ਪੱਖੇ ਲੱਗੇ ਆ ਅੱਛਾ ਇਹ ਜਿਹੜੇ ਮਤਲਬ ਕਿ ਹਰ ਜਿਹੜਾ ਨਾ ਜਿਹੜਾ ਇਹ ਲੱਗਾ ਰੂਟਰ ਉਹਦੇ ਵਿੱਚੋਂ ਇਸ ਮਤਲਬ ਕਿ ਆਪਣਾ ਸੈਕਿੰਗ ਕਰ ਦਿੰਦੇ ਸਹੀ ਇਹ ਸੈਕਿੰਗ ਕਰਕੇ ਉਹ ਪਿੱਛੋਂ ਸਾਰੀ ਸੈਕਿੰਗ ਕਰਕੇ ਇਹਦੇ ਵਿੱਚ ਆ ਜਾਂਦੀ ਹੈ ਇਹਦੇ ਵਿੱਚੋਂ ਫਿਰ ਇਹ ਪੈਪ ਲੱਗਾ ਬਾਹਰ ਚੱਲ ਜਾਂਦਾ ਉਹ ਬਾਹਰ ਨਿਕਲ ਜਾਂਦਾ ਸਾਫ਼ ਸੁਥਰਾ ਹੋ ਗਿਆ ਯਾਨੀ ਉਹ ਫਾਈਨਲ ਫਾਈਨਲ ਉਹ ਫਿਰ ਫਾਈਨਲ ਇੱਥੇ ਆਣ ਕੇ ਮਾਲ ਦੇਖਦਾ ਇੱਥੇ ਅੱਛਾ ਇਸ ਮਸ਼ੀਨ ਦਾ ਇੱਥੇ ਦੇਖਦਾ ਜਿਹੜਾ ਇੱਥੇ ਖੜਾ ਹੁੰਦਾ ਨਾ ਉਹ ਇਸ ਪ੍ਰੈਸ ਚ ਪਾ ਦਿੰਦਾ ਠੀਕ ਆ ਇਹਦੇ ਵਿੱਚ ਜਿਸ ਵੇਲੇ ਨਾ ਪ੍ਰੈਸ ਕਰ ਦਿੰਦਾ ਫਿਰ ਇਹ ਫਿਰ ਪ੍ਰੈਸ ਕਰਕੇ ਤੇ ਇਸ ਦੀ ਗੰਨਾ ਬਣਾ ਇਹ ਬੇਲ ਬਣ ਜਾਂਦੀ ਬੇਲ ਬਣ ਜਾਂਦਾ ਇਹ ਉਹਦੀ ਸ਼ਕਲ ਆ ਔਰ ਬੜੀ ਮੁਲਾਇਮ ਹੈ ਔਰ ਇਹ ਚ ਕੋਈ ਧਾਗਾ ਨੀ ਕੋਈ ਇਹਦੇ ਵਿੱਚ ਇਹਦੇ ਮਤਲਬ ਇਹ ਆ ਕਿ ਖਰਾਬੀ ਨੀ ਔਰ ਇਹਦਾ ਇਹ ਵੀ ਦੇਖਣਾ ਪੈਂਦਾ ਆ ਕਿ ਆਇਆ ਇਹਦਾ ਜਿਹੜਾ ਫਾਈਬਰ ਵੀ ਹੈ ਨੀ ਇਹਦਾ ਰੇਸ਼ਮ ਤੇ ਬਣਨਾ ਕਿਉਂਕਿ ਇਹਦਾ ਬਾਅਦ ਧਾਗਾ ਬਣਨਾ ਜਿਹਦਾ ਰੇਸ਼ੇ ਖਤਮ ਹੋ ਜਾਏ ਸਟੋਰ ਆ ਸਟੋਰ ਕਰਦੇ ਜਮਾ ਬੜਾ ਮੁਲਾਜ਼ਮਾਂ ਤੋਂ
ਠੀਕ ਆ ਸਾਨੂੰ ਪਹਿਲੀ ਪਤਾ ਸੀ ਮੈਂ ਕਿਹਾ ਕਿ ਤੁਸੀਂ 8-10 ਦਿਨ ਤੁਸੀਂ ਉਹਨਾਂ ਨੇ ਉੱਥੇ ਰਹਿਣਾ ਮੈਂ ਕਿਹਾ ਫਿਰ ਉਹ ਆਪੇ ਉਹਨਾਂ ਦਾ ਪ੍ਰੋਗਰਾਮ ਬਣ ਗਿਆ ਬੰਦ ਕਰ ਦਿੱਤੀ।